अस्सलाम वालेकुम व्यूअर्स, तुसी देख रहे हो वड्डू ट्रैक्टर वाला यूट्यूब चैनल। तो मैं थोड़ा भाई मुहम्मद मोहसिन चराग वट्टू। तो आज थानू जनाब बनारस की शावर से परफॉर्मेंस दिखावांगे। तो आज जनाब जिहड़ा शावर है वह अज बजरी से चल रहा जी, अगे अगे मिट्टी मुट्टी से चलता है जनाब, तो आली उली माल आते भरता है। तो अज जनाब नाल दे पिंड वालों ने कहा सी यार भी सानू बजरी भर दो, तो अगर रस्ते तंग दे ट्रक नहीं गया उ तो इसलिए फिर अज सू दिखावे परफॉर्मेंस से बजरी से कैसा काम करता है जी। ठीक है जी, बजरी जनाब क्योंकि हार्ड होंगी है जी, इस वजह तो ट्रैक्टर ने थोड़ा जि औखा होता है बजरी सट्टन से, के बाकट फुल नहीं बरीज सकता जी बजरी से। ये तो मिट्टी आँदी जनाब, तो पहले जनाब झटके नाल फुल हो जाना सी बाकट।
ਕੀ ਹਾਲ ਭਾਈ ਜਾਨ ਤੇ ਅੱਗੇ ਤੁਸੀਂ ਜਨਾਬ ਆਲੀ ਉਲੀ ਤੇ ਮਿੱਟੀ ਮੁੱਟੀ ਸੱਟ ਸੁੱਟ ਲੈਂਦੇ ਨੇ ਤੇ ਅੱਜ ਬਜਰੀ ਦੇ ਕਿਵੇਂ ਫਸੇ ਨੇ ਹਾਂ ਜੀ ਅਸੀਂ ਜਿਹੜਾ ਬਜਰੀ ਦਾ ਵੀ ਕਰ ਲੈਨੇ ਆਲੀ ਦਾ ਵੀ ਮਜ਼ਦੂਰੀ ਕਰਨੀ ਹੈ ਜਿਹੜੀ ਤੇ ਅੱਛਾ ਟਰੈਕਟਰ ਦੇ ਪਰਫਾਰਮੈਂਸ ਦੇ ਕੀ ਫਰਕ ਮਾਲੂਮ ਕਰਦੇ ਨੇ ਅੱਜ ਬਜਰੀ ਦੇ ਤੁਸੀਂ ਕੀਤਾ ਹੈ ਮਿੱਟੀ ਦੇ ਤੇ ਬਜਰੀ ਦੇ ਕੀ ਫਰਕ ਪੈਂਦਾ ਹੈ ਬਜਰੀ ਦਾ ਜੀ ਡਬਲ ਇਹਦਾ ਵਧਨ ਹੈਗਾ ਅੱਛਾ ਟਰੈਕਟਰ ਦਾ ਘੁੰਮਦਾ ਹੀ ਬੜਾ ਔਖਾ ਮਿੱਟੀ ਦੇ ਨਾਲ ਕੋਈ ਨਹੀਂ ਮਹਿਸੂਸ ਹੁੰਦਾ ਸਹੀ ਹੈ ਹਾਂਜੀ ਨਾ ਆਲੀ ਨਾ ਮਸੂਰਾਲੀ ਵੀ ਹੌਲੀ ਹੁੰਦੀ ਹੈ ਮਿੱਟੀ ਦਾ ਤਾਂ ਡਬਲ ਵਧਨ ਹੈ ਇਹਦਾ ਤੇ ਭਾਈ ਨੇ ਦੀ ਡੀਜ਼ਲ ਐਵਰੇਜ ਕਿੰਨੀ ਆ ਰਹੀ ਡੀਜ਼ਲ ਐਵਰੇਜ ਭਾਈ ਜਾਨ ਇਹ ਕੰਮ ਦੇ ਹਿਸਾਬ ਨਾਲ ਹੈ ਅੱਛਾ ਜਿਵੇਂ ਕੰਮ 12 ਲੈ ਤੁਹਾਡੀ ਤਾਂ ਜ਼ਿਆਦਾ ਲੈ ਸੀ ਫਿਰ ਵੀ ਇੱਕ ਅੰਦਾਜ਼ਨ ਜਿਹੜੀ ਐਵਰੇਜ ਆਮ ਤੁਸੀਂ ਰੂਟੀਨ ਵੇਖਦੇ ਨੇ 1.5 ਲੀਟਰ ਪੀ ਜਾਂਦਾ ਮਿੱਟੀ ਦੇ ਅੱਛਾ ਮਿੱਟੀ ਦੇ ਟਰਾਲੀ ਦੇ 1.5 ਲੀਟਰ ਪੀ ਜਾਂਦਾ ਹਾਂਜੀ 1.5 ਵੀ ਹੁੰਦਾ ਕਦੇ 2-2 ਵੀ ਹੁੰਦਾ ਕਿਉਂਕਿ ਮਿੱਟੀ ਸਿੰਨੀ ਸੁੱਕੀ ਹੁੰਦੀ ਹੈ ਨਾ ਸਹੀ ਹੈ ਬੜਾ ਮਿਲੇ ਕੰਮ ਰੰਦਾ ਚਲੋ ਓਕੇ अच्छा व्यूअर्स अगर थानू वीडियो अच्छी लगी तो साडा चैनल सब्सक्राइब करो तो वीडियो लाइक करो शुक्रिया।